ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਸਾਰਿਆਂ ਦਾ। ਲਓ ਜੀ, ਅੱਜ ਦਾ ਔਡਰ ਜਿਹੜਾ ਸੀ ਸਾਡੇ ਹੈਪੀ ਭਾਅ ਜੀ ਆ, ਅਤੇ ਆਈ ਬਿਲੀਵ ਵਰਜੀਨੀਆ ਜਾ ਰਿਹਾ ਉਹ ਔਡਰ, ਅਤੇ ਉਹਨਾਂ ਨੂੰ ਥੋੜ੍ਹੇ ਜਿਹੇ ਸੈਂਪਲ ਮੈਂ ਭੇਜਣੇ ਆ। ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿਉਂਕਿ ਜ਼ਿਆਦਾਤਰ ਬੱਚੇ ਹੁੰਦੇ ਆ, ਅਤੇ ਬੱਚੇ ਇਸ ਵੇਲੇ ਬਾਹਰ ਗਏ ਹੋ ਆ, ਪਾਰਕ ਦੇ ਵਿੱਚ ਗਏ ਹੋ ਆ, ਅਤੇ ਆਪਾਂ ਕੋਲ ਥੋੜ੍ਹੀ ਜਿਹੀ ਸ਼ਾਂਤੀ ਆ, ਇਸ ਕਰਕੇ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ, ਨਹੀਂ ਤਾਂ ਮੈਂ ਵੀਡੀਓ ਨਹੀਂ ਬਣਾਉਂਦਾ। ਅਤੇ ਜਿਹੜਾ ਪਹਿਲਾ ਆਪਣੇ ਜਿਹੜਾ ਪ੍ਰੋਡਕਟ ਆ ਉਹ ਹੈਗਾ ਸੈਟ ਨੂਡ, ਅਤੇ ਇਹ ਬਹੁਤ ਹੀ ਵਧੀਆ, ਬਹੁਤ ਹੀ ਮੇਰਾ ਖੁਦ ਦਾ ਬਹੁਤ ਫੇਵਰੇਟ ਆ ਇਹ। ਹਾਂ, ਇਹ ਊਦ ਅਤੇ ਊਦ ਦੇ ਨਾਲ ਨਾਲ ਇਹਨਾਂ ਨੇ ਜਿਹੜਾ ਪਾਈਨਐਪਲ 'ਤੇ ਜਿਹੜਾ ਕੰਮ ਕੀਤਾ ਊਦ ਦੇ ਨਾਲ, ਬਾ ਕਮਾਲ ਕਹਿ ਸਕਦੇ, ਬਾ ਕਮਾਲ ਜਿਹਨੂੰ ਕਹਿ ਸਕਦੇ ਤੁਸੀਂ। ਅਤੇ ਆਓ ਜੀ, ਆਪਾਂ ਹੋਟਲ ਰੈਡੀ ਕਰ ਦੇਣਾ ਆਪਾਂ। ਇਹ ਤਾਂ ਪਹਿਲੀ ਬੋਤਲ ਆ, ਮੇਰੇ ਘਰ 4-5 ਬੋਤਲਾਂ ਕਰਾਂਗੇ। ਅਤੇ ਆਈ ਬਿਲੀਵ ਆ ਜਿਹੜਾ ਪ੍ਰੋਡਕਟ ਆ, ਕਮ ਸੇ ਕਮ ਵੈਸੇ ਤਾਂ ਜਿਹੜੇ ਸੈਂਪਲ ਵਗੈਰਾ ਹੁੰਦੇ ਆ ਉਹ 1-2 ਦਿਨ ਹੀ ਚੱਲਦੇ ਆ, ਪਰ ਆਈ ਬਿਲੀਵ ਇਹ 2-3 ਤੁਹਾਡੇ ਜਿਹੜੇ ਫੰਕਸ਼ਨ ਅਟੈਂਡ ਕਰ ਸਕਦੇ ਤੁਸੀਂ ਇਹਦੇ ਨਾਲ, ਜਾਂ ਡੇਲੀ ਤੁਸੀਂ ਜੇ ਤੁਸੀਂ ਯੂਜ਼ ਕਰਦੇ ਆ। ਆਈ ਬਿਲੀਵ ਕਿ ਇਹ 4-5 ਦਿਨ ਦਾ ਪ੍ਰੋਡਕਟ ਹੈਗਾ ਆ, ਪਰ ਕੋਈ ਗੱਲ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਆਪਣੇ ਭੈਣ ਭਰਾ, ਅਤੇ ਬੋਤਲ ਨੂੰ ਸਾਫ਼ ਕਰਨ ਦਾ ਮਕਸਦ ਇਹ ਹੈ ਕਿ ਜਦੋਂ ਅਸੀਂ ਕੱਚ ਦੀ ਬੋਤਲ ਆਪਣੇ ਹੱਥ ਦੇ ਨਾਲ ਫੜਦੇ ਹਾਂ ਅਤੇ ਕਿਤੇ ਨਾ ਕਿਤੇ ਫਿੰਗਰਪ੍ਰਿੰਟ ਰਹਿ ਜਾਂਦੇ ਆ, ਉਹ ਫਿਰ ਚੰਗਾ ਨਹੀਂ ਲੱਗਦਾ। ਇਸ ਕਰਕੇ ਫਿਰ ਇਹਨੂੰ ਆਪਾਂ ਇੱਥੇ ਸਾਈਡ 'ਤੇ ਰੱਖ ਦੇਵਾਂਗੇ ਨਾਲ ਹੀ। ਲਓ ਜੀ, ਆਪਾਂ ਨਾਲ ਦੀ ਨਾਲ ਆਪਾਂ ਜਿਹੜਾ ਇਹਦਾ ਨਾਮਕਰਣ ਆ ਉਹ ਵੀ ਆਪਾਂ ਨਾਲ ਦੀ ਨਾਲ ਕਰ ਦੇਣਾ ਆ। ਤੇ ਮੇਕ ਸ਼ੋਰ ਕਰਨਾ ਕਿ ਜਦੋਂ ਤੁਸੀਂ ਨਾਮ ਵੀ ਉੱਤੇ ਲਿਖਣਾ ਆ ਕਿ ਤੁਹਾਡੇ ਜਿਹੜੇ ਫਿੰਗਰਪ੍ਰਿੰਟ ਉਹ ਨਾ ਆਉਣ ਉੱਪਰ, ਅਤੇ ਤਿਆਰ ਵੀ ਜਾਣ, ਫਿਰ ਇੱਕ ਵਾਰੀ ਤੁਸੀਂ ਉਹਨੂੰ ਕਲੀਨ ਕਰ ਸਕਦੇ ਆ। ਆ ਲਓ ਜੀ, ਇਸੇ ਤਰ੍ਹਾਂ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਬੋਤਲਾਂ ਆ 4-5, ਉਹ ਡਿਫਰੈਂਟ ਡਿਫਰੈਂਟ ਜਿਹੜੇ ਬ੍ਰਾਂਡ ਹੈਗੇ ਆ, ਜਾਂ ਜਿਹੜੇ ਫਲੇਵਰ ਹੈਗੇ ਆ, ਉਹਦੇ ਨਾਲ ਆਪਾਂ ਇੱਕ ਇੱਕ ਦੋ ਦੋ ਵਾਰ ਡੰਗ ਜਿਹੜਾ ਯੂਜ਼ ਕਰ ਸਕਦੇ ਤੁਸੀਂ, ਉਹ ਕਰ ਸਕਦੇ ਆ। ਅਤੇ ਉਹਨਾਂ ਦੀ ਰਿਕੁਐਸਟ ਸੀਗੀ ਕਿ ਉਹਨਾਂ ਦੇ ਫਾਦਰ ਸਾਹਿਬ ਨੂੰ ਥੋੜ੍ਹੇ ਜਿਹੇ ਜਿਹੜੇ ਜ਼ਿਆਦਾ ਜਿਹੜੇ ਰੂਹਾਨੀਅਤ ਦੇ ਨਾਲ ਜਿਹੜੀ ਫਰੈਗਨੈਂਸ ਜੁੜਦੀ ਹੋਵੇ, ਅਤੇ ਥੋੜ੍ਹੇ ਜਿਹੇ ਸਟਰੋਂਗ ਚਾਹੀਦੇ ਆ, ਅਤੇ ਆਪਾਂ ਕੋਲ ਬਹੁਤ ਕਲੈਕਸ਼ਨ ਹੈਗੀ ਆ ਸਟਰੋਂਗ ਦੀ, ਅਤੇ ਆਪਾਂ ਖੁਦ ਕੰਬੀਨੇਸ਼ਨ ਵੀ ਕਰ ਸਕਦੇ ਹਾਂ। ਜੇ ਤੁਸੀਂ ਸਟਰੋਂਗ ਬਣਾਉਣਾ ਤਾਂ ਅਸੀਂ ਖੁਦ ਵੀ ਬਣਾ ਸਕਦੇ ਹਾਂ। ਸੋ ਲਓ ਜੀ, ਬਾਕੀ ਦਾ ਕੰਮ ਮੈਨੂੰ ਥੋੜ੍ਹਾ ਜਿਹਾ ਹੁਣ ਧਿਆਨ ਦੇਣਾ ਪੈਣਾ, ਅਤੇ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ।
ਅਤੇ ਇੱਦਾਂ ਚੰਗੀਆਂ ਚੰਗੀਆਂ ਵੀਡੀਓ ਦੇਖੀ ਜਾਓ ਇੱਕ ਦੂਜੇ ਦੀਆਂ, ਅਸੀਂ ਤੁਹਾਡੀਆਂ ਦੇਖਦੇ, ਤੁਸੀਂ ਸਾਡੀਆਂ ਦੇਖਦੇ ਹਾਂ। ਥੈਂਕ ਯੂ ਗਾਈਸ। ਜੇ ਹੋਰ ਵੀ ਕਿਸੇ ਭੈਣ ਭਰਾ ਨੂੰ US ਦੇ ਵਿੱਚ ਹੀ ਚਾਹੀਦਾ ਹੈ ਤਾਂ ਪਲੀਜ਼ ਮੈਨੂੰ ਟੈਕਸ ਕਰ ਸਕਦੇ ਤੁਸੀਂ। ਓਲ ਯੂ ਨੀਡ ਟੂ ਡੂ ਕਿ ਜਿੰਨੇ ਵੀ ਉਹਦੇ ਮੇਲਿੰਗ ਚਾਰਜਿਸ ਹੋਊਗੇ, 10 ਲੱਗਣੇ, 15 ਲੱਗਣੇ, 20 ਲੱਗਣੇ, ਜਿੰਨੇ ਵੀ ਹੈ ਉਹ ਤੁਸੀਂ ਮੈਨੂੰ ਪੇ ਕਰ ਦੇਣੇ ਆ। ਬਾਕੀ ਪ੍ਰੋਡਕਟ ਦਾ ਕੋਈ ਦੂਸਰਾ ਨਹੀਂ ਹੈ। ਹਾਂਜੀ, ਕਦੇ ਕਦੇ ਕੁਛ ਐਸੇ ਪ੍ਰੋਡਕਟ ਆਪਾਂ ਕੋਲ ਹੈਗੇ ਆ, ਜਿੱਦਾਂ ਕਿ ਆਹ ਜਿਹੜੇ ਪ੍ਰੋਡਕਟ ਆ, ਇਹ ਇਹਦੀ ਕੁਆਂਟਿਟੀ ਬਹੁਤ ਜ਼ਿਆਦਾ ਥੋੜ੍ਹੀ ਆ ਅਤੇ ਬਹੁਤ ਹੀ ਐਕਸਪੈਂਸਿਵ ਵੀ ਹੈ ਇਹ। ਇਹਨਾਂ ਦਾ ਮੈਂ ਥੋੜ੍ਹਾ ਜਿਹਾ ਰਿਕੁਐਸਟ ਕਰ ਲੈਂਦਾ ਹੁੰਦਾ ਕਿ ਜੇ ਮੰਨ ਕੇ ਚੱਲੀਏ ਅਸੀਂ ਕਿ ਜੇ 1 ਤੋਲੇ ਦੀ 12 ml ਦੀ ਬੋਤਲ ਇਹ $60-70 ਦੀ ਹੈ ਅਤੇ ਮੈਂ $3-4 ਰਿਕੁਐਸਟ ਕਰ ਲੈਂਦਾ ਹੁੰਦਾ ਆਪਣੇ ਭੈਣ ਭਰਾਵਾਂ ਕੋਲ ਕਿ ਤਾਂ ਕਿ ਮੇਰਾ ਵੀ ਨਾ ਨੁਕਸਾਨ ਹੋਵੇ, ਤੁਹਾਡਾ ਵੀ ਨਾ ਨੁਕਸਾਨ ਹੋਵੇ ਅਤੇ ਸਾਰਿਆਂ ਦਾ ਕੰਮ ਇੱਕ ਦੂਜੇ ਦੀ ਹੈਲਪ ਦੇ ਨਾਲ ਸਾਰਿਆਂ ਦਾ ਜਿਹੜਾ ਨਾ ਕੰਮ ਕਾਰ ਇੱਦਾਂ ਚੱਲਦਾ ਰਹੇ। ਥੈਂਕ ਯੂ ਗਾਈਸ। ਲਓ ਜੀ, ਬਾਕੀ ਦਾ ਕੰਮ ਫਿਰ ਮੈਂ ਕਰ ਲਵਾਂ, ਨਹੀਂ ਤਾਂ ਫਿਰ ਮੇਰਾ ਧਿਆਨ ਦੋਨੋਂ ਪਾਸੇ ਹੀ ਰਹਿਣਾ ਅਤੇ ਫਿਰ ਮੈਂ ਫੋਕਸ ਨਹੀਂ ਕਰ ਪਾਊਂਗਾ। ਥੈਂਕ ਯੂ ਗਾਈਸ।